ਕੱਲ ਆਪਾਂ ਨੂੰ ਸੋਰੀ ਅੱਜ ਸਵੇਰੇ ਆਪਾਂ ਨੂੰ ਅਰਲੀ ਮਾਰਨਿੰਗ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇੱਕ ਜਿਹੜੀ ਲੇਡੀ ਆ ਉਹਦਾ ਕਤਲ ਹੋ ਗਿਆ ਖੋਬੇ ਪਿੰਡ ਦੀ ਉਹ ਅਤੇ ਜਦੋਂ ਆਪਾਂ ਵੇਰੀਫਾਈ ਕੀਤਾ ਤਾਂ ਉਹ ਜਿਹੜਾ ਹਸਬੈਂਡ ਆ ਉਹੀ ਉਹਦਾ ਕਾਤਲ ਨਿਕਲਿਆ ਅਤੇ ਉਹਨੇ ਘਰ ਇੱਕ ਡਰਾਟ ਦੇ ਨਾਲ ਆਪਣੀ ਜਿਹੜੀ ਵਾਈਫ ਆ ਉਹਦਾ ਮਰਡਰ ਕਰਤਾ ਅਤੇ ਉਹਦਾ ਵਜ੍ਹਾ ਰੰਜਿਸ਼ ਇਹ ਸੀ ਕਿ ਕੁਝ ਪੈਸਿਆਂ ਨੂੰ ਲੈ ਕੇ ਇਹਨਾਂ ਦੀ ਆਪਸ 'ਚ ਗੱਲਬਾਤ ਹੋ ਗਈ ਸੀ ਅਤੇ ਉਹਦੇ ਬਾਅਦ ਜੋ ਕਿ ਇਹਨੇ ਉਹਦਾ ਮਰਡਰ ਕਰਤਾ ਅਤੇ ਉਹਦੇ ਬਾਅਦ ਆਪਾਂ ਮੁਕੱਦਮਾ ਨੰਬਰ 72 ਅੰਡਰ ਸੈਕਸ਼ਨ 302 ਜਿਹੜਾ ਥਾਣਾ ਸਦਰ 'ਚ ਦਰਜ ਕੀਤਾ ਜੀ ਅਤੇ ਇਹ 'ਚ ਦੋਸ਼ੀ ਦਾ ਨਾਮ ਹੈ ਪਰਮਿੰਦਰ ਸਿੰਘ ਅਤੇ ਜਿਹੜੀ ਉਹਦੀ ਵਾਈਫ ਉਹਦਾ ਨਾਮ ਪ੍ਰਵੀਨ ਕੁਮਾਰੀ ਹੈ ਅਤੇ ਇਹ 'ਚ ਵੀ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜੀ ਇਹਨਾਂ ਦੇ ਜਿਹੜੇ ਬੱਚੇ ਸੀ ਟੋਟਲ 5 ਸੀ ਜਿਨ੍ਹਾਂ 'ਚੋਂ 3 ਕੁੜੀਆਂ ਅਤੇ 2 ਮੁੰਡੇ ਸੀ ਸਾਰਿਆਂ ਦੀ ਉਮਰ 10 ਸਾਲ ਤੋਂ ਘੱਟ ਹੈ ਅਤੇ ਇਹ ਵੀ ਇੱਕ ਬੜਾ ਇਮੋਸ਼ਨਲ ਚੀਜ਼ ਹੈ ਕਿ ਹੁਣ ਉਹ ਬੱਚਿਆਂ ਦੇ ਨਾਂ ਨਾਨਾ ਨਾਨੀ ਹੈ ਨਾ ਦਾਦਾ ਦਾਦੀ ਹੈ ਉਹ ਇੱਕ ਕਿਸਮ ਦੇ ਹੁਣ ਜਿਹੜੇ ਆ ਉਹ ਯਤੀਮ ਹੋ ਗਏ ਆ ਅਤੇ ਮੈਂ ਵੀ ਤੁਹਾਡੇ ਰਾਹੀਂ ਅਪੀਲ ਕਰਨਾ ਚਾਹੁੰਦਾ ਕੋਈ ਉਹਨਾਂ ਨੂੰ ਅਗਰ ਅਡੋਪਟ ਕਰਨਾ ਚਾਹੁੰਦਾ ਜਾਂ ਉਹਨਾਂ ਦੀ ਕੋਈ ਹੈਲਪ ਕਰਨਾ ਚਾਹੁੰਦਾ ਜ਼ਰੂਰ ਕਰੇ ਪਿੰਡ ਖੋਬੇ ਦਾ ਇਹ ਮਸਲਾ ਅਤੇ ਫਿਲਹਾਲ ਆਪਾਂ ਆਪਣੇ ਜਿਹੜੇ ਲੇਡੀ ਕੌਂਸਟੇਬਲ ਉਹਨਾਂ ਨੂੰ ਲਗਾਏ ਆ ਤਾਂ ਕਿ ਜਦ ਤੱਕ ਉਹਨਾਂ ਦੀ ਕੋਈ ਸੈਟਲਮੈਂਟ ਨਹੀਂ ਹੋ ਜਾਂਦੀ ਅਤੇ ਉਹਨਾਂ ਦੀ ਆਪਾਂ ਹੈਲਪ ਕਰ ਸਕੀਏ। ਸਰ ਜਿਹੜਾ ਅਪਰਾਧੀ ਆ ਉਹ ਮੁਕੀ ਅਰੈਸਟ ਜਾ ਕੇ ਫਰਾਰ ਆ? ਨਹੀਂ, ਅਪਰਾਧੀ ਨੂੰ ਆਪਾਂ ਫੜ ਲਿਆ ਜੀ, ਇਹ ਅੰਡਰ ਅਰੈਸਟ ਹੈ, ਇਹਦੀ ਅਰੈਸਟ ਪੈ ਗਈ। ਸਰ ਇਸ ਤਰ੍ਹਾਂ ਦੇ ਜਿਹੜੇ ਮੁਕੱਦਮੇ ਹੋ ਰਹੇ, ਜਿਹੜੇ ਇਸ ਤਰ੍ਹਾਂ ਦੇ ਗੁਨਾਹ ਹੋ ਰਹੇ ਆ, ਇਹਨਾਂ ਨੂੰ ਕਿਸ ਤਰੀਕੇ ਨਾਲ ਸਰ ਡੀਲ ਕੀਤਾ ਜਾਏਗਾ? ਮਤਲਬ ਛੁੱਟ ਜਾਣਗੇ ਪੈਸੇ ਪੂਸੇ ਦੇ ਕੇ ਕਿ ਜਾਂ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ? ਨਹੀਂ ਜੀ, ਇਹਨਾਂ ਨੂੰ ਪ੍ਰੋਪਰ ਸਜ਼ਾ ਹੋਊਗੀ। ਆਪਾਂ ਜਿਹੜੀ ਇਨਵੈਸਟੀਗੇਸ਼ਨ ਨਾਲ ਰਿਲੇਟਡ ਜਿਹੜੀਆਂ ਵੀ ਰਿਕੁਆਇਰਮੈਂਟਸ ਹੈ ਜਿਸ ਨਾਲ ਆਪਾਂ ਆਪਣਾ ਕੇਸ ਮਜ਼ਬੂਤ ਕਰ ਸਕਦੇ ਹਾਂ, ਜਿਸ ਤਰ੍ਹਾਂ ਰਿਕਵਰੀ ਆਫ ਵੈਪਨ ਆਫ ਅਫੈਂਸ ਜਿਹੜਾ ਉਹਨੇ ਜਿਹਦੇ ਨਾਲ ਕਤਲ ਕੀਤਾ ਉਹ ਵੀ ਆਪਾਂ ਰਿਕਵਰ ਕਰ ਲਿਆ, ਹੋਰ ਆਪਾਂ ਆਪਣੇ ਜਿਹੜੇ ਫੋਰੈਂਸਿਕ ਐਵੀਡੈਂਸਿਸ ਉਹ ਵੀ ਲੈ ਲਏ ਆ, ਜਿਸ ਤਰ੍ਹਾਂ ਕਿ ਬਲੱਡ ਵਗੈਰਾ ਮੌਕੇ ਤੋਂ ਉਹ ਵੀ ਉਹਨਾਂ ਨਾਲ ਮਿਲਾਨ ਕਰ ਲਾਂਗੇ, ਬਾਕੀ ਜਿਹੜੇ ਹੋਰ ਵੀ ਆਪਾਂ ਸਟੇਟਮੈਂਟਸ ਲੈ ਰਹੇ ਹਾਂ ਅਤੇ ਆਪਾਂ ਇਹਨੂੰ ਇਨਸ਼ੋਰ ਕਰਾਂਗੇ ਕਿ ਇਹ ਬੰਦਾ ਕਨਵਿਕਟ ਹੋਵੇ।